ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਬਟਾਲੇ ਦੀ ਗੱਲ ਕੀਤੀ ਜਾਵੇ ਤੇ ਇਸ ਧਰਤੀ ਦੇ ਜ਼ਰੇ ਜ਼ਰੇ ਦੇ ਵਿੱਚ ਸੰਗੀਤ ਵਸਿਆ ਹੋਇਆ। ਬਹੁਤ ਸਾਰੇ ਇੱਥੇ ਦੇ ਜਿਹੜੇ ਆ ਵੱਡੇ ਵੱਡੇ ਐਕਟਰ ਵੀ ਪੈਦਾ ਹੋਏ। ਸ਼ਿਵ ਕੁਮਾਰ ਵਰਗੇ, ਬਟਾਲਵੀ ਵਰਗੇ ਜਿਹੜੇ ਆ ਉਸ ਸ਼ਹਿਰ ਦੇ ਵਿੱਚ ਪੈਦਾ ਹੋਏ ਅਤੇ ਉਹਨਾਂ ਦੀਆਂ ਰਚਨਾਵਾਂ ਜਿਹੜੀਆਂ ਅੱਜ ਵੀ ਲੋਕ ਉਸ 'ਤੇ PhD ਕਰ ਰਹੇ। ਸੋ ਇਸ ਬਟਾਲੇ ਦੀ ਧਰਤੀ ਦੇ ਉੱਤੇ ਅੱਜ ਵੀ ਛੋਟੇ ਛੋਟੇ ਜਿਹੜੇ ਕੋਈ ਨੌਜਵਾਨ ਜਾਂ ਬੱਚੇ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਗਲੇ ਦੇ ਵਿੱਚ ਇੰਨੀ ਮਿਠਾਸ ਆ ਕਿ ਸ਼ਹਿਦ ਵਾਂਗਰ ਉਹ ਦੁਨੀਆ ਦੇ ਵਿੱਚ ਆਪਣੇ ਮਿੱਠੇ ਪਿਆਰੇ ਬੋਲ ਭੋਲਦੇ ਨੇ। ਤੁਸੀਂ ਕਪਲ ਦਾ ਸ਼ੋਅ ਤਾਂ ਜ਼ਰੂਰ ਵੇਖਿਆ ਹੋਵੇਗਾ, ਉਸ ਵਿੱਚ ਚਿੰਕੀ ਮਿੰਕੀ ਆਉਂਦਿਆਂ ਹੀ ਸਾਡੀਆਂ ਨਜ਼ਰਾਂ ਦੇ ਵਿੱਚ ਇੱਕ ਵਿਲੱਖਣ ਪਛਾਣ ਜਿਹੜੀ ਆ ਉਹ ਸਾਹਮਣੇ ਆ ਜਾਂਦੀ। ਅੱਜ ਬਟਾਲੇ ਦੀ ਚਿੰਕੀ ਮਿੰਕੀ ਨਾਲ ਮਿਲਾਵਾਂਗੇ, ਜਿਸ ਦਾ ਨਾਂ ਹੈ ਤਾਨਿਆ ਔਰ ਮਾਨਿਆ। ਦੋ ਸਗੀਆਂ ਭੈਣਾਂ ਨੇ, ਜੁੜਵਾ ਭੈਣਾਂ ਨੇ, ਜਿਨ੍ਹਾਂ ਨੇ ਸੰਗੀਤ ਦੇ ਵਿੱਚ ਇੱਕ ਵੱਖਰੀ ਹੀ ਆਪਣੀ ਪਛਾਣ ਬਣਾਈ ਹੈ। ਜਿੱਥੇ ਉਹਨਾਂ ਨੇ ਸੰਗੀਤ ਜਦੋਂ ਇਹ ਗਾਉਂਦੀਆਂ ਨੇ ਤੇ ਇੱਕ ਵਾਤਾਵਰਨ ਦੇ ਵਿੱਚ ਕਹਿ ਸਕਦੇ ਹਾਂ ਕਿ ਮਿਠਾਸ ਖੁੱਲ ਜਾਂਦੀ ਹੈ। ਆਪਾਂ ਗੱਲਬਾਤ ਕਰਦੇ ਹਾਂ, ਬੇਟਾ ਕੀ ਨਾਮ ਆ? ਮਾਨਿਆ ਭਾਟੀਆ। ਤਾਨਿਆ ਭਾਟੀਆ, ਤੁਸੀਂ ਜਿਹੜਾ ਗਾਉਣ ਦਾ ਸ਼ੁਰੂਆਤ ਆ ਉਹ ਕਿੰਨਾ ਚਿਰ ਪਹਿਲਾਂ ਕੀਤੀ? ਸਾਲ ਕੁ ਹੋ ਗਿਆ ਸਾਨੂੰ, ਤੇ ਉਹਦੇ ਵਿੱਚ ਕੰਪੀਟੀਸ਼ਨ ਵਗੈਰਾ ਆਏ। ਉਹਦੇ ਵਿੱਚ ਕਿੰਨੇ ਕੰਪੀਟੀਸ਼ਨ ਕਿੱਥੇ ਖੇਡਦੇ? ਇੱਕ ਪਿਛਲੇ ਸਾਲ ਹੋਇਆ ਸੀ, ਆਡੀ ਕੋਸਲਾ ਹੋਇਆ ਸੀ, ਉਹ 'ਚ ਸਾਡੀ ਸੈਕਿੰਡ ਪੋਜੀਸ਼ਨ ਆਈ ਸੀ। ਹੁਣ ਸਾਡਾ ਸੰਗਰੂਰ ਵਿੱਚ ਹੋਇਆ ਸੀ, ਉਹ 'ਚ ਸਾਡੀ ਫਸਟ ਪੋਜੀਸ਼ਨ ਆਈ ਸੀ ਸਟੇਟ ਲੈਵਲ ਤੇ। ਸਾਡੇ ਦਰਸ਼ਕਾਂ ਨੂੰ ਕੁਛ ਨਾ ਕੁਛ ਗਾ ਕੇ ਸੁਣਾ। ਸੁਰ ਮੈਦਾਨੀ ਸੁਰ ਮੈਦਾਨੀ ਵਰਗਾ ਏ ਮੇਰਾ ਮਾਹੀ, ਵੇ ਹੋਰ ਮੈਨੂੰ ਕੀ ਚਾਹੀਦਾ। ਸੁਰ ਮੈਦਾਨੀ ਵਰਗਾ ਏ ਮੇਰਾ ਮਾਹੀ, ਵੇ ਹੋਰ ਮੈਨੂੰ ਕੀ ਚਾਹੀਦਾ। ਉਹਦੀ ਪੈਰ ਚਾਲ ਸੁਣਾ ਜਦ ਜਦ ਮੈਂ, ਮੈਥੋਂ ਬੋਲਿਆ ਨੀ ਜਾਂਦਾ ਇੱਕ ਵਾਕ ਵੀ। ਉਹਦੀ ਮੋਗੇ ਦੀ ਨਜ਼ਾਕ ਤੂੰ ਪਛਾਣ ਕੇ, ਸਹੀਆਂ ਚੁੱਪ ਕਰ ਜਾਂਦਾ ਉਦੋਂ ਆਪ ਵੀ। ਜਦੋਂ ਅੱਖੀਆਂ ਦਾ ਨੂਰ ਹੋਵੇ ਸਾਵੇ, ਦੁਪੱਟਾ ਸਿਰੋਂ ਨਹੀਂ ਉਹ ਲਾਹੀਦਾ। ਸੁਰ ਮੈਦਾਨੀ ਸੁਰ ਮੈਦਾਨੀ ਵਰਗਾ ਏ ਮੇਰਾ ਮਾਹੀ, ਵੇ ਹੋਰ ਮੈਨੂੰ ਕੀ ਚਾਹੀਦਾ। ਸੁਰ ਮੈਦਾਨੀ ਵਰਗਾ ਏ ਮੇਰਾ ਮਾਹੀ, ਵੇ ਹੋਰ ਮੈਨੂੰ ਕੀ ਚਾਹੀਦਾ। ਜੇ ਗੱਲ ਕੀਤੀ ਜਾਵੇ ਤੇ ਗੀਤਾਂ ਦੇ ਨਾਲ ਨਾਲ ਬਹੁਤ ਸੁੰਦਰ ਸ਼ਬਦ ਜਿਹੜਾ ਉਹ ਗਾਇਨ ਕਰਦੀਆਂ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਬੇਟਾ ਜਿਹੜਾ ਰਿਆਜ਼ ਆ ਉਹ ਕਿਸ ਸਾਜ਼ ਦੇ ਨਾਲ ਕਰਦੇ? ਸਾਜ਼ ਕੋਈ ਵੀ ਨਹੀਂ ਹੈਗਾ, ਵੈਸੇ ਹੀ ਰਿਆਜ਼ ਕਰਦੇ। ਹਾਂਜੀ, ਕੀ ਕਾਰਨ ਹੈ ਸਾਜ਼ ਜਿਹੜਾ ਤੁਸੀਂ ਨਹੀਂ ਯੂਜ਼? ਅਫੋਰਡ ਨਹੀਂ ਕਰ ਸਕਦੇ। ਸ਼ਰਾਰਤਾਂ ਆਪਸ ਵਿੱਚ ਭੈਣਾ ਭੈਣਾ ਦੀ ਹੁੰਦੀਆਂ ਹੋਣਗੀਆਂ। ਹਾਂਜੀ, ਤੇ ਕਦੀ ਇਦਾਂ ਹੁੰਦਾ ਹੈ ਕਿ ਇੱਕ ਨੂੰ ਚੀਜ਼ ਮਿਲ ਗਈ ਤੇ ਮਾਂ ਵੀ ਨਾ ਪਛਾਣ ਪਾਏ ਤੇ ਫਿਰ ਉਹਨੂੰ ਲਿਆਣ ਕੇ ਦੇ ਦਿੱਤੀ ਤੇ ਦੂਸਰੀ ਭੁੱਖ ਜਾ ਜੇ? ਹੁੰਦਾ। ਕਿਸ ਤਰ੍ਹਾਂ ਹੁੰਦਾ, ਸਵਾਰੀ ਗੱਲ ਦੱਸੋ। ਜਿੱਦਾਂ ਮੰਨ ਲਓ ਕੋਈ ਚੀਜ਼ ਆਈ ਹੈ ਤੇ ਮੈਂ ਬਾਹਰ ਹਾਂ ਤੇ ਮੇਰੀ ਵੀ ਖਾ ਲੈਂਦੀ ਹੈ, ਫਿਰ ਭੁੱਖੀ ਰਹਿ ਜਾਂਦੀ ਹੈ। ਸੋ ਦਰਸ਼ਕੋ, ਪਛਾਣਨਾ ਇੰਨਾ ਮੁਸ਼ਕਲ ਹੈ ਜਿਹਦਾ ਮੈਂ ਪਹਿਲਾਂ ਹੀ ਐਗਜ਼ਾਮਪਲ ਦੇ ਚੁੱਕਾ ਚਿੰਗੀ ਮਿੱਕੀ ਦੀ, ਬਿਲਕੁਲ ਉਸੇ ਤਰੀਕੇ ਦੇ ਨਾਲ ਹੀ ਆ। ਤੇ ਇਹਨਾਂ ਨੂੰ ਮਾਂ ਬਾਪ ਦੇ ਨਾਲ ਵੀ ਗੱਲ ਕਰਾਂਗੇ, ਸਾਨੂੰ ਤਾਂ ਪਛਾਣਨਾ ਬਹੁਤ ਔਖਾ ਆ, ਤੇ ਆਪਾਂ ਮਾਂ ਬਾਪ ਦੇ ਨਾਲ ਵੀ ਗੱਲ ਕਰਦੇ। ਹਾਂਜੀ, ਉਹਨਾਂ ਬੱਚੀਆਂ ਦੇ ਮਾਤਾ ਪਿਤਾ ਸਾਡੇ ਨਾਲ ਨੇ, ਪਾਰਸ ਭਾਟੀਆ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਪਾਰਸ ਜੀ, ਬੇਟੀ ਨੂੰ ਤੁਸੀਂ ਮਤਲਬ ਜਿਹੜਾ ਵਾ ਗਾ ਰਹੀ ਹੈ, ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਇਜਾਜ਼ਤ ਆ, ਲੋਕਾਂ ਨੂੰ ਕੀ ਮੈਸੇਜ?
ਇਹ ਸਾਡੇ ਵੱਲੋਂ ਫੁੱਲ ਇਜਾਜ਼ਤ ਹੈ ਜੀ। ਸਟੇਟ ਲੈਵਲ 'ਤੇ ਫਸਟ ਇਨਾਮ ਜਿੱਤ ਕੇ ਲਿਆਈ ਨੇ, ਫਸਟ ਪ੍ਰਾਈਜ਼ ਲੈ ਕੇ ਆਈ ਨੇ ਸ਼ਬਦ ਗਾਇਨ ਦੇ ਵਿੱਚ, ਅਤੇ ਮੈਨੂੰ ਇੰਨਾ ਬਹੁਤ ਮਾਣ ਇਹਨਾਂ 'ਤੇ, ਇੰਨੀ ਫੁੱਲ ਸਪੋਰਟ ਹੈ ਮੇਰੀ ਕਿ ਜਿੰਨਾ ਮਰਜ਼ੀ ਜਿੱਥੇ ਮਰਜ਼ੀ ਲੈਵਲ 'ਤੇ ਪਹੁੰਚਣ ਅਤੇ ਸਾਡਾ ਨਾਂ ਰੋਸ਼ਨ ਕਰਨ। ਜਿਸ ਤਰੀਕੇ ਦੇ ਨਾਲ ਇਹ ਗਾਇਨ ਕਰਦੀ, ਹਾਂਜੀ, ਤੁਹਾਨੂੰ ਫਖਰ ਮਹਿਸੂਸ ਹੁੰਦਾ? ਬਹੁਤ ਫਖਰ ਹੈ ਜੀ, ਮੈਨੂੰ ਬਹੁਤ ਮਾਣ ਹੈ ਮੇਰੀਆਂ ਬੇਟੀਆਂ 'ਤੇ ਜੀ। ਹੁਣ ਮਤਲਬ ਬੜੀਆਂ ਬੜੀਆਂ ਸਟੇਜਾਂ 'ਤੇ ਵੀ ਜਾਣਗੇ, ਹਾਂਜੀ, ਅਤੇ ਕਿੱਦਾਂ ਦੀ ਤੁਹਾਡੀ ਸਪੋਰਟ ਰਹੇਗੀ? ਮੇਰੇ ਵੱਲੋਂ ਫੁੱਲ ਸਪੋਰਟ ਹੈ, ਸਾਡੇ ਪਰਿਵਾਰ ਵੱਲੋਂ ਫੁੱਲ ਸਪੋਰਟ ਹੈ, ਜਿੱਥੇ ਮਰਜ਼ੀ ਗਾਉਣ ਕੋਈ ਦਿੱਕਤ ਨਹੀਂ, ਵੱਡਾ ਪਲੇਟਫਾਰਮ ਮਿਲਣਾ ਚਾਹੀਦਾ ਉਹਨਾਂ ਨੂੰ, ਅੱਗੇ ਵਧਣੀਆਂ ਚਾਹੀਦੀਆਂ ਨੇ ਜੀ। ਆਡੀਅੰਸ ਨੂੰ ਕੀ ਮੈਸੇਜ? ਆਡੀਅੰਸ ਨੂੰ ਮੈਸੇਜ ਇਹੀ ਹੈ ਕਿ ਇਹਨਾਂ ਨੂੰ ਫੁੱਲ ਸਪੋਰਟ ਕਰਨ, ਮੇਰੀਆਂ ਬੇਟੀਆਂ ਨੂੰ, ਇਹਨਾਂ ਦੀ ਆਵਾਜ਼ ਵਿੱਚ ਦਮ ਹੈਗਾ, ਰੂਹਾਨੀ ਆਵਾਜ਼ ਹੈ ਇਹਨਾਂ ਦੀ, ਔਰ ਬਹੁਤ ਵਧੀਆ ਗਾਉਂਦੀਆਂ ਨੇ, ਇਹਨਾਂ ਨੂੰ ਪੂਰੀ ਸਪੋਰਟ ਦੀ ਲੋੜ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਕੀ ਨਾਮ? ਮੇਰਾ ਨਾਮ ਹੈ ਜੀ ਭਾਰਤੀ ਭਟੀਆ। ਭਾਰਤੀ ਜੀ, ਇੱਕ ਤਾਂ ਤੁਹਾਡੀ ਸਪੋਰਟ ਤੇ ਬੱਚਿਆਂ ਨੂੰ ਹੈ ਹੀ ਆ, ਹਾਂਜੀ, ਤੇ ਜਿਸ ਤਰ੍ਹਾਂ ਪਰਵਰਿਸ਼ ਤੁਸੀਂ ਕਰਦੇ ਹੋ, ਹਾਂਜੀ, ਉਹਦੇ ਵਿੱਚ ਇਹਨਾਂ ਦਾ ਮਤਲਬ ਪਛਾਣ ਕਿੱਦਾਂ ਕਰਦੇ ਨਾਲ? ਹੁਣ ਤੇ ਕੋਈ ਚਲੋ ਦਿੱਕਤ ਨਹੀਂ ਆਉਂਦੀ, ਜਦੋਂ ਛੋਟੀਆਂ ਸੀਗੀਆਂ ਉਦੋਂ ਕਾਫੀ ਦਿੱਕਤ ਆਉਂਦੀ ਸੀ, ਜਿੱਦਾਂ ਇੱਕ ਨੇ ਜੇ ਦੁੱਧ ਪੀ ਲਿਆ ਤੇ ਗਲਤੀ ਨਾਲ ਉਹਨੂੰ ਹੀ ਦੁਬਾਰਾ ਪਿਲਾ ਦੇਣਾ, ਦੂਸਰੀ ਨੇ ਭੁੱਖੀ ਰਹਿ ਜਾਣਾ। ਜੇ ਕੋਈ ਗਲਤੀ ਕਿਸੇ ਨੇ ਕੀਤੀ ਹੈ, ਮਾਰ ਦੂਜੀ ਨੂੰ ਪੈ ਜਾਣੀ ਹੈ, ਫਿਰ ਉਹਨੇ ਕਹਿਣਾ ਮੰਮਾ ਮੈਂ ਨਹੀਂ ਸੀ ਕੀਤਾ, ਉਹਨੇ ਕੀਤਾ ਸੀ। ਤੇ ਇੱਦਾਂ ਦੀਆਂ ਦਿੱਕਤਾਂ, ਜਿੱਦਾਂ ਦਵਾਈ ਦੇਣੀ ਹੈ ਇੱਕ ਨੂੰ ਦੋ ਵਾਰੀ ਦੇਤੀ ਹੈ ਤੇ ਇੱਕ ਨੂੰ ਇੱਕ ਵਾਰੀ ਵੀ ਨਹੀਂ ਦਿੱਤੀ, ਫਿਰ ਅਸੀਂ ਇੱਕ ਮਤਲਬ ਧਾਗਾ ਬੰਨ ਲਿਆ ਇਹਨਾਂ ਦੀ ਇੱਕ ਦੀ ਬਾਂਹ 'ਤੇ, ਫਿਰ ਉਹ ਨਿਸ਼ਾਨੀ ਰਹੇਗੀ ਕਿ ਇਹਨੂੰ ਅਸੀਂ ਦਵਾਈ ਦੇਤੀ ਆ ਜਾਂ ਖਾਣਾ ਦੇਤਾ, ਇਸ ਤਰ੍ਹਾਂ ਕਰਦੇ ਸੀ ਮੈਨੇਜ ਫਿਰ। ਸੋ ਕਹਿੰਦੇ ਪਰਮਾਤਮਾ ਖੁਦ ਤਾਂ ਨਹੀਂ ਆਉਂਦਾ, ਲੇਕਿਨ ਕਿਸੇ ਨਾ ਕਿਸੇ ਨੂੰ ਜ਼ਰੀਆ ਬਣਾ ਦਿੰਦਾ ਹੈ ਕਿ ਉਹਨਾਂ ਦੀ ਮਦਦ ਹੋ ਸਕੇ। ਸੋ ਸਾਡੇ ਨਾਲ ਨੇ ਭਾਈ ਸਾਹਿਬ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਬਟਾਲੇ ਵਿੱਚ, ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਬੱਚੀਆਂ ਐਡਾ ਸੁੰਦਰ ਗਾਇਨ ਕਰਦੀਆਂ ਨੇ, ਉਹਨਾਂ ਨੇ ਮੀਡੀਆ ਤੱਕ ਪਹੁੰਚ ਕੀਤੀ ਕਿ ਬਿਨਾਂ ਬੱਚਿਆਂ ਨੂੰ ਅੱਗੇ ਲਿਆਂਦਾ ਜਾਵੇ, ਪਲੇਟਫਾਰਮ ਕੋਈ ਵਧੀਆ ਮਿਲੇ, ਆਪਾਂ ਗੱਲਬਾਤ ਕਰਾਂਗੇ। ਕੀ ਨਾਮ ਆ ਜੀ? ਲਾਲੀ ਨਿਗਲ ਜੀ। ਮੇਹਰ ਸਾਹਿਬ, ਜਦੋਂ ਬੱਚੀਆਂ ਬਾਰੇ ਪਤਾ ਲੱਗਾ, ਤੁਸੀਂ ਆਪ ਪਹਿਲਾਂ ਸੁਣਿਆ? ਨਹੀਂ, ਮੈਂ ਨਹੀਂ ਸੁਣਿਆ। ਮੈਨੂੰ ਕਦੋਂ ਪਤਾ ਲੱਗਿਆ ਵੀ ਤਾਨਿਆਂ ਦੇ ਮਾਨਿਆ, ਤਾਨਿਆਂ ਮਾਨਿਆ ਮੇਰੇ ਵਿਆਹ 'ਚ ਆਉਂਦੀਆਂ, ਮੈਨੂੰ ਬਹੁਤ ਪਿਆਰੀਆਂ ਲੱਗਦੀਆਂ ਨੇ, ਮੇਰੀ ਬੱਚੀਆਂ ਨੇ, ਇਸ ਪਰਿਵਾਰ ਨਾਲ ਸਾਡਾ ਬੜਾ ਪਿਆਰ ਹੈ, ਬਹੁਤ ਪੁਰਾਣਾ ਪਿਆਰ ਹੈ। ਅਤੇ ਇਹ ਨਵੀਆਂ ਜਦੋਂ ਵਿਆਹ 'ਚ ਮੈਂ ਨਾਲ ਦੇਖਦਾ ਨਵੇਂ ਯਾਰ, ਕਿੰਨੀਆਂ ਕਿੰਨੀਆਂ ਪਿਆਰੀਆਂ ਬੱਚੀਆਂ ਨੇ। ਉਹ ਮੇਰੇ ਗੁਆਂਢ ਇੱਕ ਬੰਦੇ ਹੈਗੇ ਨੇ, ਉਹਨਾਂ ਨਾਲ ਕਿਤੇ ਮਤਲਬ ਇਹਨਾਂ ਦੇ ਫਾਦਰ ਸਾਹਿਬ ਅਟੈਚ ਨੇ, ਫੇਸਬੁੱਕ ਉੱਪਰ ਹੋਣਗੇ ਜਾਂ ਵਟਸਐਪ 'ਤੇ ਹੋਣਗੇ, ਇਹਨਾਂ ਨੇ ਕਦੇ ਪਾਈ ਸੰਗਰੂਰ ਵਾਲੀ ਕੋਈ ਵੀਡੀਓ ਪਾਈ ਹੋਣੀ ਹੈ। ਉਹਨੇ ਮੈਨੂੰ ਕਿਹਾ ਯਾਰ ਤਾਨੀਆਂ ਦੇ ਮਾਨਿਆਂ ਨਾ ਫਸਟ ਪ੍ਰਾਈਜ਼ ਲੈ ਕੇ ਆਈਆਂ। ਮੈਂ ਕਿਹਾ ਬੜੀ ਵਧੀਆ ਗੱਲ ਵੀ ਤਾਨੀਆਂ ਮਾਨਿਆਂ ਲਾਈਆਂ, ਅਤੇ ਇਹਨਾਂ ਦਾ ਕੁੜੀ ਬੱਚੀਆਂ ਦਾ ਕੋਈ ਸਵਾਬ ਬਣਨਾ ਸੀ, ਅਤੇ ਮੈਂ ਵਿੱਚ ਇੱਕ ਸੇਤੂ ਬਣਨਾ ਸੀ, ਵਿੱਚ ਜਿਰੀਆ ਬਣਨਾ ਸੀ, ਅਤੇ ਮੈਂ ਬਣ ਗਿਆ ਵਾਂ, ਅਤੇ ਪਰਮਾਤਮਾ ਦਾ ਮੈਂ ਬਹੁਤ ਸ਼ੋਰ। ਅੱਜ ਤੁਸੀਂ ਇਹਨਾਂ ਬੱਚੀਆਂ ਦਾ ਗਾਇਨ ਜਿਹੜਾ ਸੁਣਿਆ, ਹਾਂਜੀ, ਮਹਿਸੂਸ ਵੀ ਕੀਤਾ? ਮੇਰੇ ਰੋਂਗਟੇ ਖੜੇ ਹੋ ਗਏ ਨੇ ਜੀ, ਜਿਸ ਟਾਈਮ ਸੁਣਿਆ ਮੈਂ ਉਹਨੂੰ, ਮੈਂ ਕੱਲ੍ਹ ਸੁਣਿਆ ਸੀ, ਪਰਸੋਂ ਸੁਣਿਆ ਸੀ, ਔਰ ਮੈਂ ਸਾਰੇ ਸ਼ਹਿਰ ਦੇ ਜਿੰਨੇ ਵੀ ਸਮਾਜ ਸੇਵੀ ਸੰਸਥਾਵਾਂ ਹੈਗੀਆਂ ਨੇ, ਧਾਰਮਿਕ ਸੰਸਥਾਵਾਂ ਨੇ, ਚਾਹੇ ਮੰਦਰ ਨੇ, ਮਸਜਿਦ ਜਾਂ ਗੁਰਦੁਆਰੇ ਨੇ, ਜਾਗਰਣ ਨੇ, ਮੈਂ ਸਭ ਨੂੰ ਅਪੀਲ ਕਰਾਂਗਾ ਕਿ ਇਹਨਾਂ ਬੱਚਿਆਂ ਨੂੰ ਇੱਕ ਮੌਕਾ ਦਿਓ, ਔਰ ਇਹਨਾਂ ਬੱਚਿਆਂ ਦੀ ਜੋ ਵੀ ਖਾਹਿਸ਼ ਹੈ ਉਹ ਪੂਰੀ ਕੀਤੀ ਜਾ। ਸੋ ਦੇਖ ਸਕਦੇ ਹੋ ਕਿ ਇਹ ਬੱਚੀਆਂ ਦਾ ਜਿਹੜਾ ਗਾਇਨ ਆ ਇੰਨਾ ਪਿਆਰਾ ਵਾ, ਅਤੇ ਵੱਖ ਵੱਖ ਜਥੇਬੰਦੀਆਂ ਨੂੰ ਅਪੀਲ ਵੀ ਕੀਤੀ ਗਈ ਆ ਕਿ ਉਹ ਇਹਨਾਂ ਦੀ ਸਪੋਰਟ ਕਰਨ, ਅਤੇ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨ, ਤਾਂ ਜੋ ਇਹਨਾਂ ਬੱਚਿਆਂ ਨੂੰ ਇੱਕ ਵਧੀਆ ਪਲੇਟਫਾਰਮ ਮਿਲ ਸਕੇ। ਕੈਮਰਾਮੈਨ ਸੋਨੀ ਦੇ ਨਾਲ ਸਰਵਣ ਸਿੰਘ ਘੁਮਾਣ, ਬਟਾਲਾ, ਗੁਰਦਾਸਪੁਰ। ਜੁਗਨੀ ਕੱਤਦੀ ਚਰਖਾ ਉਹ ਨਾਲ ਦੀ ਸਾਈ ਦਾ ਚਾੜ ਪੁਣਿਸ਼ਕ ਦੀ ਚਾੜ ਪੁਣਿਸ਼ਕ ਦੇ ਉੱਤੇ ਅਮਲਾ ਦਾ ਤੰਦ ਪਾਈ ਦਾ ਜੁਗਨੀ ਕੱਤਦੀ ਚਰਖਾ ਉਹ ਨਾਲ ਦੀ ਸਾਈ ਦਾ ਜੁਗਨੀ ਕੱਤਦੀ ਚਰਖਾ ਉਹ ਨਾਲ ਦੀ ਸਾਈ ਦਾ ਅੱਲਾ ਬਿਸਮਿਲਾ ਤੇਰੀ ਚੁਗਨੀ
ਭਾਈ ਤਾਰਾ ਵਾਲੇ ਆਵੇ ਜੁਗਨੀ, ਸਾਈ ਮੋੜਾ ਵਾਲੇ ਆਵੇ ਜੁਗਨੀ, ਅਲੀ ਮੋਲਾ ਅਲੀ ਤੇਰੀ ਜੁਗਨੀ ਹੋ ਬੋਲ ਮਿੱਟੀ ਦਿਆ ਬਾਵੇ ਆਵੇ ਤੇਰੇ ਦੁੱਖਾਂ ਨੇ ਮਾਰ ਮੁਕਾ ਲੈ ਆਵੇ ਮੇਰਾ ਸੋਹਣਾ ਮਾਹੀ ਆ ਜਾ ਹੋ ਹਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਸ੍ਰੀ ਵਾਹਿਗੁਰੂ ਦੰਡੋਤ ਬੰਦਨਾਂ ਨੇਕ ਬਾਰ ਸਰਬ ਕਲਾ ਸਮਰਾਤ ਡੋਲਨ ਤੇਰਾ ਹੋ ਪ੍ਰਭੂ ਨਾਨਕ ਦੇ ਕਰ ਹਾਥ ਨਿਮਾਣਿਓ ਦੇ ਮਾਣ ਨਿਤਾਣਿਓ ਦੇ ਤਾਣ ਨਿਆਸਰੋਂ ਦਾਸਰਾ ਧੰਨ ਸ਼੍ਰੀ ਗੁਰੂ ਰਾਮਦਾਸ ਜੀਓ ਮਹਾਰਾਜ ਆਨੰਦ ਗੁਣੀ ਨਿਦਾਨ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ ਰਾਗ ਰਾਮ ਕਲੀ ਮਹਲਾ ਪੰਜਵਾਂ ਪੜਤਾਲ ਕਰ ਤੀਜਾ ਏ ਕਿਉਂ ਕਾ ਸਤਿਗੁਰ ਪ੍ਰਸਾਦ ਜਲਨ ਥਲਨ ਵਸੁਦ ਗਗਨ ਜਲਨ ਥਲਨ ਵਸੁਦ ਗਗਨ ਜਲਨ ਥਲਨ ਵਸੁਦ ਗਗਨ ਜਲਨ ਥਲਨ ਵਸੁਦ ਗਗਨ ਏਕ ਏਕ ਕਾਰਮ ਏਕ ਏਕ ਕਾਰਮ ਜਲਨ ਥਲਨ ਵਸੁਦ ਗਗਨ ਜਲਨ ਥਲਨ ਵਸੁਦ ਗਗਨ ਨਾਰੇ ਨਰ ਹੈ ਨਮਸਕਾਰ ਨਮਸਕਾਰ ਨਾਰੇ ਨਰ ਹੈ ਨਮਸਕਾਰ ਨਮਸਕਾਰ ਜਲਨ ਥਲਨ ਵਸੁਦ ਗਗਨ ਜਲਨ ਥਲਨ ਜਲਨ ਥਲਨ ਵਸੁਦ ਗਗਨ ਵਸੁਦ ਗਗਨ ਵਸੁਦ ਗਗਨ ਹਰਨ ਤਰਨ ਪੁਨ ਪੁਨ ਕਰਨ ਹਰਨ ਤਰਨ ਪੁਨ ਪੁਨ ਕਰਨ ਨਹਿ ਗਿਰ ਹੈ ਨਿਰੰਹਾਰ ਨਿਰੰ
ਨਾਮ ਹੀਰ ਗੰਭੀਰ ਤੀਰ ਨਾਮ ਹੀਰ ਊਚ ਮੂਚ ਅਪਾਰੰ ਊਚ ਮੂਚ ਅਪਾਰੰ ਕਰਨ ਕੇਲਾ ਗੁਣ ਮੋਲ ਕਰਨ ਕੇਲਾ ਗੁਣ ਮੋਲ ਨਾਨਕ ਬਲਿਹਾਰੰਗ ਨਾਨਕ ਬਲਿਹਾਰੰਗ ਨਾਨਕ ਬਲ ਨਾਨਕ ਬਲ ਨਾਨਕ ਬਲਿਹਾਰੰਗ ਜਲਨ ਥਲਨ ਵਸੁਦ ਗਗਨ ਜਲਨ ਥਲਨ ਵਸੁਦ ਗਗਨ ਏਕ ਏਕਨ ਕਾਰਨ ਏਕ ਏਕਨ ਕਾਰਨ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।